ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਵਲਡ ਪੰਜਾਬੀ ਟੀਵੀ ਤੇ ਮੈਂ ਅੰਕੁਸ਼ ਕੋਲੀ ਤੁਹਾਡਾ ਸਵਾਗਤ ਕਰਦਾ ਅੱਜ ਗੱਲ ਕਰਾਂਗੇ ਇੱਕ ਇਹੋ ਜਿਹੇ ਸ਼ਖਸ ਦੀ ਜਿਸ ਦਾ ਨਾਮ ਸੁਰਖੀਆਂ 'ਚ ਬਣਿਆ ਆ ਖਾਸ ਕਰ ਪੰਜਾਬ 'ਚ ਗੱਲ ਕਰਾਂਗੇ ਆਈਪੀਐਸ ਕੁੰਵਰ ਵਿਜੇਪ੍ਰਤਾਪ ਸਿੰਘ ਦੀ ਜਿਨ੍ਹਾਂ ਦਾ ਰਿਜ਼ਾਈਨ ਹੁਣ ਅਕਸੈਪਟ ਹੋ ਚੁੱਕਿਆ ਹੈ ਤੇ ਉਹਨਾਂ ਦੀ ਜ਼ਿੰਦਗੀ ਤੇ ਇੱਕ ਝਾਤ ਮਾਰਾਂਗੇ ਉਹਨਾਂ ਦੇ ਲਾਈਫ ਤੇ ਉਹਨਾਂ ਦੇ ਕੈਰੀਅਰ ਤੇ ਇੱਕ ਝਾਤ ਮਾਰਾਂਗੇ ਇਸ ਤੋਂ ਇਲਾਵਾ ਤੁਹਾਨੂੰ ਦੱਸਾਂਗੇ ਖਾਸ ਤੌਰ ਤੇ ਉਹਨਾਂ ਦਾ ਇੱਕ ਇਹੋ ਜਿਹਾ ਚਿਹਰਾ ਜੋ ਸ਼ਾਇਦ ਤੁਸੀਂ ਨਾ ਦੇਖਿਆ ਹੋਵੇ ਜਿਸ ਬਾਰੇ ਸ਼ਾਇਦ ਤੁਸੀਂ ਨਾ ਸੁਣਿਆ ਹੋਵੇ ਲੇਕਿਨ ਪਹਿਲਾ ਗੱਲ ਕਰਾਂਗੇ ਉਹਨਾਂ ਦੇ ਕਰੀਅਰ ਦੀ ਆਈਪੀਐਸ ਕੋਰ ਵਿਜੇ ਪ੍ਰਤਾਪ ਸਿੰਘ ਇੱਕ ਇਹੋ ਜਿਹਾ ਨਾਮ ਜਿਨ੍ਹਾਂ ਦੀ ਛਵੀ ਹੈਗੀ ਹੈ ਇੱਕ ਇਮਾਨਦਾਰ ਪੁਲਿਸ ਅਫਸਰ ਵਾਲੀ ਉਹਨਾਂ ਨੇ ਆਪਣਾ ਆਈਪੀਐਸ ਦੀ ਸ਼ੁਰੂਆਤ ਕੀਤੀ ਸਫ਼ਰ ਦੀ ਸ਼ੁਰੂਆਤ ਕੀਤੀ 1998 ਦੀ 1998 ਬੈਚ ਦੇ ਆਈਪੀਐਸ ਅਫਸਰ ਜਦੋਂ ਬਣੇ ਉਸ ਤੋਂ ਬਾਅਦ ਦੀ ਗੱਲ ਕਰੀਏ ਤਾਂ ਉਹਨਾਂ ਨੇ तमाम ਪਚੀਦਾ ਕੇਸ ਜਿਹੜੇ ਹੈਗੇ ਨੇ ਸੋਲਵ ਕੀਤੇ ਕੁਝ ਕੇਸਾਂ ਬਾਰੇ ਗੱਲ ਕਰਦੇ ਹਾਂ ਪੰਜਾਬ ਦਾ ਕਿਡਨੀ ਰੈਕਟ ਕੇਸ ਉਹ ਜਿਹੜਾ ਸੋਲਵ ਕੀਤਾ ਉਹ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਕੀਤਾ ਇਸ ਤੋਂ ਇਲਾਵਾ ਗੱਲ ਕਰਾਂਗੇ 30 ਕਿਲੋਗ੍ਰam ਦੇ ਇਲੀਗਲ ਸੋਨੇ ਦੇ ਰੈਕਟ ਦੇ ਭੰਡਾ ਫੋੜ ਦੀ ਉਹ ਜਿਹੜਾ ਉਸ ਦਾ ਜਿਹੜਾ ਸ਼ਹਿ ਜਾਂਦਾ ਹੈ ਉਸ ਦਾ ਜਿਹੜਾ ਕ੍ਰੈਡਿਟ ਜਾਂਦਾ ਹੈ ਉਹ ਵੀ ਜਾਂਦਾ ਹੈ ਆਈਜੀ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ तमाम ਉਹਦਿਆਂ ਤੇ ਜਿਹੜੇ ਹੈਗੇ ਰਹੇ ਹੁਣ ਤੱਕ ਉਸ ਤੋਂ ਬਾਅਦ ਗੱਲ ਕਰਾਂਗੇ ਖੁਦ ਦੇ ਹੀ ਡਿਪਾਰਟਮੈਂਟ ਦੇ ਸੀਨੀਅਰ ਅਫਸਰਸ ਤੇ ਵੀ ਜਿਹੜਾ ਹੈਗਾ ਕਾਰਵਾਈਆਂ ਕਰਨ ਤੋਂ ਕਦੀ ਪਿੱਛੇ ਨਹੀਂ ਹਟੇ ਲੇਕਿਨ ਉਹਨਾਂ ਨੂੰ ਮੁੱਖ ਜ਼ਿੰਮੇਵਾਰੀ ਉਸ ਵੇਲੇ ਮਿਲੀ ਜਿਸ ਵੇਲੇ ਐਸਆਈਟੀ ਦੇ ਉਹ ਮੈਂਬਰ ਬਣੇ ਐਸਆਈਟੀ ਜਿਹੜੀ ਬਣੀ ਕੋਟਕਪੂਰਾ ਗੋਲੀਕਾਂਡ ਨੂੰ ਲੈ ਕੇ ਬੇਅਦਬੀਆਂ ਦੇ ਮਾਮਲੇ ਨੂੰ ਲੈ ਕੇ ਉਸਤੇ ਪਹਿਲਾਂ ਉਹ ਮੈਂਬਰ ਬਣੇ ਫਿਰ ਮੁਖੀ ਬਣਾਇਆ ਗਿਆ ਉਹਨਾਂ ਨੂੰ ਲੇਕਿਨ ਤਦੋਂ ਉਹਨਾਂ ਦੇ ਇੱਕ ਅਲੱਗ ਮੋੜ ਆਂਦਾ ਹੈ ਜਦੋਂ ਹਾਈ ਕੋਰਟ ਉਹਨਾਂ ਦੀ ਕੀਤੀ ਹੋਈ ਹੁਣ ਤੱਕ ਦੀ ਜਿੰਨੀ ਜਾਂਚ ਹੈ ਉਸ ਨੂੰ ਖਾਰਜ ਕਰ ਦਿੰਦੀ ਹੈ ਔਰ ਉਸ ਤੋਂ ਇਲਾਵਾ ਹਾਈ ਕੋਰਟ ਦਾ ਇੱਕ ਹੋਰ ਫਰਮਾਨ ਹੁੰਦਾ ਹੈ ਕਿ ਹੁਣ ਜੇ ਨਵੀਂ ਐਸਐਟਟੀ ਬਣੇ ਜਾਂਚ ਲਈ ਉਸ 'ਚ ਆਈਜੀ ਕੁਨਵਰ ਵਿਜੇ ਪ੍ਰਤਾਪ ਨਾ ਹੋਣ ਜਿਸ ਤੋਂ ਬਾਅਦ ਕਿਤਨੇ ਕਿਤੇ ਹਾਥ ਹੁੰਦੇ ਨੇ ਕਿਤਨੇ ਕਿਤੇ ਉਹਨਾਂ ਦਾ ਦਿਲ ਜਿਹੜਾ ਹੈਗਾ ਦੁੱਖ ਦਾ ਹੈਗਾ ਉਸ ਤੋਂ ਬਾਅਦ ਔਰ ਰਜ਼ਾਈਨ ਆਪਣਾ ਸੀਐਮ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪ ਦਿੰਦੇ ਨੇ ਲੇਕਿਨ ਕੈਪਟਨ ਸਾਹਿਬ ਉਹਨਾਂ ਦਾ ਰਜ਼ਾਈਨ ਅਕਸੈਪਟ ਨਹੀਂ ਕਰਦੇ ਉਸ ਤੋਂ ਬਾਅਦ ਜਿਹੜਾ ਹੈਗਾ ਗਵਰਨਰ ਨੂੰ ਮਿਲਦੇ ਨੇ ਆਈਜੀ ਕੁਨਵਰ ਵਿਜੇ ਪ੍ਰਤਾਪ ਸਿੰਘ ਜਿਸ ਤੋਂ ਬਾਅਦ ਇੱਕੋ ਸਟੇਟਮੈਂਟ ਜਾਰੀ ਕਰਦੇ ਨੇ ਮੀਡੀਆ ਚ ਕਿ ਸੀਐਮ ਸਾਹਿਬ ਪਹਿਲਾਂ ਮੇਰਾ ਰਿਜ਼ਾਈਨ ਅਕਸੈਪਟ ਨਹੀਂ ਕਰ ਰਹੇ ਸੀ ਲੇਕਿਨ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਸੀਐਮ ਸਾਹਿਬ ਨੂੰ ਮਨਾ ਲਿਆ ਹੈ ਔਰ ਰਿਜ਼ਾਈਨ ਅਕਸੈਪਟ ਹੋ ਜਾਂਦਾ ਇਹ ਰਹੀਆਂ तमाम ਚੀਜ਼ਾਂ ਉਹਨਾਂ ਦੇ ਕਰੀਅਰ ਨੂੰ ਲੈ ਕੇ ਔਰ ਇਸ ਤੋਂ ਇਲਾਵਾ ਇਹ ਵੀ ਦੱਸਦੀਏ ਜੇਲ ਨੂੰ ਜੇਲਸ ਜਿਹੜਾ ਕਰਪਸ਼ਨ ਹੁੰਦੀ ਹੈ ਬਾਰ-ਬਾਰ ਮੁੱਦੇ ਉੱਠਦੇ ਆ ਕਿ ਉੱਥੇ ਡਰੱਗਸ ਮਿਲਦੀ ਹੈ ਉੱਥੇ ਨਸ਼ਾ ਮਿਲਦਾ ਹੈ ਮੋਬਾਈਲ ਹੁੰਦੇ ਨੇ ਹੋਰ तमाम तरह ਦੀ ਕਰਪਸ਼ਨ ਹੁੰਦੀ ਹੈ ਉਸਤੇ ਵੀ ਜਿਹੜਾ ਹੈ ਬਹੁਤ ਵਧੀਆ ਤਰੀਕੇ ਨਾਲ ਅਜੀਤ ਪ੍ਰਤਾਪ ਸਿੰਘ ਨੇ ਕੰਮ ਕੀਤਾ ਔਰ ਬਹੁਤ ਜ਼ਿਆਦਾ ਸਫਲਤਾ ਪਾਈ ਤੇ ਜੇਲ ਅਚ ਜਿਹੜੇ ਕੈਦੀ ਹੁੰਦੇ ਨੇ ਕਈ ਉਹ ਜਦੋਂ ਬਾਹਰ ਆਏ ਕਈ ਵਾਰ ਮੀਡੀਆ 'ਚ ਉਹਨਾਂ ਨੇ ਗੱਲਾਂ ਕੀਤੀਆਂ ਤੇ ਉਹਨਾਂ ਨੇ ਦੱਸਿਆ ਕਿ ਸਾਡੇ ਅਗਰ ਦੁੱਖ ਦਰਦ ਕਿਸੇ ਨੇ ਜਾਣਿਆ ਜਿੱਲਾਂ ਚੋਂ ਕਿਸ ਨੇ ਕ腐ਸ਼ਨ ਹਟਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਆਈਜੀ ਕੋਰਵੇ ਜੇ ਪ੍ਰਤਾਪ ਸਿੰਘ ਤੇ तमाम ਚੀਜ਼ਾਂ ਉਹਨਾਂ ਨਾਲ ਜੁੜੀਆਂ ਹੋਈਆਂ ਨੇ ਬਹੁਤ ਹੀ ਇਮਾਨਦਾਰ ਵਾਲੀ ਛਵੀ ਹੈ ਉਹਨਾਂ ਦੀ ਲੇਕਿਨ ਹੁਣ ਜਿਹੜੇ ਅਸੀਂ ਉਹਨਾਂ ਦੇ ਲਾਈਫ ਤੇ ਚਿਹਰੇ ਦੀ ਗੱਲ ਕਰਨ ਜਾ ਰਹੇ ਹਾਂ ਉਸਤੇ ਬਾਰੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਤੁਸੀਂ ਸ਼ਾਇਦ ਨਾ ਸੁਣਿਆ ਹੋਵੇ ਨਾ ਵੇਖਿਆ ਹੋਵੇ ਉਹ ਗੱਲ ਅਗਰ ਕੀਤੀ ਜਾਵੇ ਤਾਂ ਤੁਸੀਂ ਉਹਨਾਂ ਦੇ ਅਗਰ YouTube ਚੈਨਲ ਤੇ ਜਾਉਂਗੇ ਉਹ ਤੁਹਾਨੂੰ ਸਾਫ ਹੋ ਜਾਵੇਗਾ ਪਹਿਲਾਂ ਤਸਵੀਰਾਂ ਦਿਖਾ ਦਿੰਨੇ ਆ ਅਸੀਂ ਉਹਨਾਂ ਦੇ ਕੁਝ YouTube ਚੈਨਲ ਦੀਆਂ ਆ ਤਸਵੀਰਾਂ 'ਚ ਤੁਸੀਂ ਜਿਹੜਾ ਹੈ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਆਈਜੀ ਕੁਵਰ ਵਿਜੇ ਪ੍ਰਤਾਪ ਟਿਊਸ਼ਨਸ ਦੇ ਰਹੇ ਨੇ ਬਿਲਕੁਲ ਸਹੀ ਸੁਣਿਆ ਤੁਸੀਂ ਫ੍ਰੀ ਆਫ ਕਾਸਟ ਟਿਊਸ਼ਨਸ ਦੇ ਰਹੇ ਨੇ ਬੱਚਿਆਂ ਨੂੰ ਪੜਾ ਰਹੇ ਨੇ ਆਈਜੀ ਕੁਵਰ ਵਿਜੇ ਪ੍ਰਤਾਪ ਸਿੰਘ ਦਾ ਜਿਹੜਾ ਹੈਗਾ ਉਹਨਾਂ ਨੇ ਕਿਹਾ ਹੈ ਕਿ ਮੈਂ ਰਜ਼ਾਇਨ ਦੇ ਦਿੰਦਾ ਹਾਂ ਇਸ ਤੋਂ ਇਲਾਵਾ ਪੰਜਾਬ ਗਵਰਨਮੈਂਟ ਨੂੰ ਮੈਨੂੰ ਮੇਰੀ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਚਾਹੀਦੀ ਹੋਈ ਉਹ ਮੈਂ ਪਰਸਨਲ ਤੌਰ ਤੇ ਇੱਕ ਆਈਪੀਐਸ ਦੇ ਤੌਰ ਤੇ ਨਹੀਂ ਪਰਸਨਲ ਤੌਰ ਤੇ ਕਹਿੰਦੇ ਨੇ ਮੈਂ ਹਰ ਵੇਲੇ ਹਾਜ਼ਰ ਹਾਂ ਸਹਾਇਤਾ ਕਰਨ ਲਈ ਹੈਲਪ ਕਰਨ ਲਈ ਮਦਦ ਕਰਨ ਲਈ ਇਸ ਤੋਂ ਇਲਾਵਾ ਲੇਕਿਨ ਹੁਣ ਉਹ ਪੜਾਉਂਦੇ ਦਿਖ ਰਹੇ ਨੇ ਆਈਜੀ ਕੋਰ ਵਿਜੇ ਪ੍ਰਤਾਪ ਜਿਹੜੇ ਹੁਣ ਵੀਆਰਐਸ ਉਹਨਾਂ ਨੇ ਲੈ ਲਈ ਹੈਗੀ ਆ ਉਸ ਪੁਲਿਸ ਅਫਸਰ ਦਾ ਕਹਿਣਾ ਹੈਗਾ ਹੈ ਕਿ ਮੈਂ ਬੱਚਿਆਂ ਨੂੰ ਪੜਾਉਂਗਾ ਕਿਉਂਕਿ ਬੋਰਡ ਦੇ ਐਗਜ਼ਾਮਸ ਜਿਹੜੇ ਅੱਗੇ ਆ ਰਹੇ ਨੇ ਔਰ ਕਰੋਨਾ ਕਾਰਨ ਕਾਫੀ ਜਿਹੜਾ ਹੈ ਬੱਚਿਆਂ ਦੀ ਪੜ੍ਹਾਈ ਦਾ ਲੋਸ ਹੋਇਆ ਹੈ ਤੇ ਮੈਂ ਉਹਨਾਂ ਨੂੰ ਪੜਾਉਣ ਦੀ ਕੋਸ਼ਿਸ਼ ਕਰਾਂਗਾ ਮੈਥਮੈਟਿਕਸ ਦੱਸ ਦਈਏ ਮੈਥਮੈਟਿਕਸ ਬੱਚਿਆਂ ਨੂੰ ਬਹੁਤ ਟਫ ਸਬਜੈਕਟ ਲੱਗਦਾ ਹੈ ਕਿਤਨੇ ਕਿਤੇ ਮੁਸ਼ਕਲ ਸਬਜੈਕਟ ਲੱਗਦਾ ਹੈ ਤੇ ਉਸ ਦੀ ਟਿਊਸ਼ਨਸ ਦੇ ਰਹੇ ਨੇ ਆਈਜੀ ਕੋਰ ਵਿਜੇ ਪ੍ਰਤਾਪ ਜਿਨ੍ਹਾਂ ਨੇ ਹੁਣ ਰਿਟਾਇਰਮੈਂਟ ਲੈ ਲਈ ਹੈ ਤੁਸੀਂ ਦੇਖ ਸਕਦੇ ਹੁੰਦੇ YouTube ਚੈਨਲ ਤੇ ਜਾ ਕੇ तमाम ਮੈਥਸ ਦੇ ਟੋਪਿਕ ਅਰਥਮੈਟਿਕ ਪ੍ਰੋਗਰੈਸ਼ਨ ਇਸ ਤੋਂ ਇਲਾਵਾ ਟ੍ਰਿਗਨੋਮੈਟਰੀ요 ਪੜਾਉਂਦੇ ਨਜ਼ਰ ਆ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈਗਾ ਕਿ ਮੈਂ ਆਪਣੀ ਬੱਚੀਆਂ ਉਹਨਾਂ ਦੀਆਂ ਦੋ ਬੱਚੀਆਂ ਨੇ ਇੱਕ ਪੰਜਵੀਂ ਕਲਾਸ ਚ ਤੇ ਇੱਕ 12ਵੀਂ ਕਲਾਸ ਚ ਕੰਨਦੇ ਨੇ ਮੈਂ ਕਦੀ ਪ੍ਰਾਈਵੇਟ ਟਿਊਸ਼ਨ ਉਹਨਾਂ ਨੂੰ ਨਹੀਂ ਜਾਣ ਦਿੱਤਾ ਖੁਦ ਹੀ ਉਹਨਾਂ ਨੂੰ ਪੜਾਉਂਦਾ ਤੇ ਦੱਸ ਤੀ ਇਹਨਾਂ ਦਾ ਅਕੈਡੈਮਿਕ ਕੈਰੀਅਰ ਵੀ ਜਿਹੜਾ ਬਹੁਤ ਅੱਛਾ ਹੈ ਅਕੈਡਮਿਕਸ ਚ ਇਹਨਾਂ ਨੇ ਲੋ ਦੀ ਡਿਗਰੀ ਕੀਤੀ ਦੋ ਦੋ ਮਾਸਟਰ ਡਿਗਰੀਆਂ ਕੀਤੀਆਂ ਪੀ ਐਚ ਡੀ ਕੀਤੀ ਪੁਲਿਸ ਐਡਮਿਨਿਸਟ੍ਰੇਸ਼ਨ ਚ ਲੋ ਕੀਤੀ ਤੇ तमाम ਡਿਗਰੀਆਂ ਹੈਗੀਆਂ ਨੇ ਫ੍ਰੈਂਚ ਡਿਪਲੋਮਾ ਮਤਲਬ ਬਹੁਤ ਜ਼ਿਆਦਾ ਪੜੇ ਲਿਖੇ ਨੇ ਇਪਾਲਿਸ ਆਫਸਰ ਕੋਰ ਵਿਜੇ ਪ੍ਰਤਾਪ ਸਿੰਘ ਦੀ ਗੱਲ ਕਰ ਰਹੀ ਹੈ ਤਾਂ ਤੇ ਇਹਦਾ ਕਹਿਣਾ ਹੈ ਕਿ ਮੈਨੂੰ ਪੜਾਈ 'ਚ ਹਮੇਸ਼ਾ ਲगाव ਰਿਹਾ ਹੈ ਪੜ੍ਹਉਣ 'ਚ ਹਮੇਸ਼ਾ ਲगाव ਰਿਹਾ ਹੈਗਾ ਔਰ ਹਮੇਸ਼ਾ ਮੈਂ ਇਸੇ ਕਾਰਨ ਕਹਿੰਦੇ ਨੇ ਕਿ ਆਪਣੇ ਕੈਰੀਅਰ ਦੇ ਦੌਰਾਨ ਵੀ ਨਾਲ ਦੇ ਨਾਲ ਪੜਦਾ ਰਿਹਾ ਔਰ ਐਗਜ਼ਾਮਸ ਜਿਹੜੇ ਹੈਗੇ ਨੇ ਉਹਨਾਂ ਦੀ ਇੰਪੋਰਟੈਂਸ ਕਹਿੰਦੇ ਨੇ ਮੇਰੇ ਜ਼ਿੰਦਗੀ 'ਚ ਕਦੀ ਵੀ ਘੱਟ ਨਹੀਂ ਹੋਈ ਤਾਂ ਹੀ ਉਹਨਾਂ ਦਾ ਜਿਹੜਾ ਰੁਝਾਨ ਹੈਗਾ ਇਹ ਲगाव ਹੈਗਾ ਪੜ੍ਹਾਈ ਦੇ ਲਈ ਪੜਾਉਣ ਦੇ ਲਈ ਉਹ ਹੁਣ ਵਿਖਰਿਆ ਹੈ ਕਿਉਂਕਿ ਹਰ ਇੱਕ ਦੇ ਮਨ 'ਚ ਕੁਛ ਨਾ ਕੁਛ ਹੁੰਦਾ ਹੈ ਕੁਛ ਕਰਨ ਦਿਖਾਉਣ ਦਾ ਜਜ਼ਬਾ ਹੁੰਦਾ ਹੈ ਸੋਸਾਇਟੀ ਲਈ ਕੁਛ ਕਰਨ ਦਾ ਜਿਹੜਾ ਹੈਗਾ ਜਜ਼ਬਾ ਹੁੰਦਾ ਹੈ ਖਾਸ ਕਰਕੇ ਆਈਐਸ ਅਫਸਰਸ ਆਈਪੀਐਸ ਅਫਸਰਸ ਤੇ ਉਹ ਹੁਣ ਦਿਸਣ ਨੂੰ ਮਿਲ ਰਿਹਾ ਹੈ ਤੇ ਇਹ ਵੱਖਰਾ ਚਿਹਰਾ ਸੋਚਿਆ ਸੀ ਕਿ ਤੁਹਾਨੂੰ ਦਿਖਾਇਆ ਜਾਵੇ ਤਾਂ ਤਸਵੀਰਾਂ ਤੁਹਾਨੂੰ ਅਸੀਂ ਲਗਾਤਾਰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਉਹ ਪੜਾਉਂਦੇ ਹੋਏ ਦਿਸ ਰਹੇ ਨੇ ਹੋਰ ਵੀ ਬੱਚੇ ਜਿਹੜੇ ਹੈਗੇ ਨੇ ਉਹ ਕਹਿੰਦੇ ਨੇ ਹੋਰ ਵੀ ਜਬਤਾਬ ਸਿੰਘ ਕੀ ਮੈਨੂੰ ਕੁਐਰੀਸ ਭੇਜਣ ਕਿ ਮੈਥਮੈਟਿਕਸ ਦਾ ਕੋਈ ਵੀ ਟੋਪਿਕ ਉਹ ਪੜਨਾ ਚਾਹੁੰਦੇ ਨੇ ਕਹਿੰਦੇ ਨੇ ਮੈਂ ਕੋਸ਼ਿਸ਼ ਕਰਾਂਗਾ ਕਿ ਜ਼ਿਆਦਾ ਤੋਂ ਜ਼ਿਆਦਾ ਮੈਂ ਵੀਡੀਓਜ਼ ਅਪਲੋਡ ਕਰਾਂ ਤੇ ਟਿਊਟੋਰੀਅਲ ਤੇ ਮੈਂ ਪੜ੍ਹਾਵਾਂ ਆਪਣੇ ਔਰ ਕਹਿੰਦੇ ਨੇ ਹਰ ਹਫ਼ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਘੱਟੋ ਘੱਟ 3 ਤੋਂ 4 ਵੀਡੀਓਜ਼ ਜਿਹੜੀ ਹੈ ਮੈਂ ਅਪਲੋਡ ਕਰਾਂ ਹੋਰ ਵੀ ਜੋ ਬੱਚਿਆਂ ਦੀ ਕੁਐਰੀਸ ਆਣਗੀਆਂ ਉਹ ਮੈਂ ਕਹਿੰਦੇ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗਾ ਤੇ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਇੱਕ ਉਹ پولیس ਅਫਸਰ ਜਿਸਦਾ ਨਾਮ ਸੁਰਖੀਆਂ 'ਚ ਰਹਿੰਦਾ ਹੈ ਕਿ ਇਮਾਨਦਾਰ ਵਾਲੀ ਛਵੀ ਵੱਡੇ ਤੋਂ ਵੱਡੇ ਕੇਸ ਸੋਲਵ ਕਰਨ ਦਾ ਕ੍ਰ ਹੁਣ ਐਸਆਈਟੀ ਦਾ ਜਿਹੜਾ ਹੈਗਾ ਮੁਖੀ ਬਣਨ ਦਾ ਉਹਨਾਂ ਦੇ ਨਾਮ ਰਿਹਾ ਕ੍ਰੈਡਿਟ ਹੋਰ तमाम ਚੀਜ਼ਾਂ ਰਹੀਆਂ ਹੁਣ ਸੁਰਖੀਆਂ ਚਾਏ ਹਾਈ ਕੋਰਟ ਦਾ ਜਿਹੜਾ ਹੈਗਾ ਵਰਡ ਡਿਕਟਾਈ ਉਸ ਤੋਂ ਬਾਅਦ ਹੁਣ ਇੱਕ ਅਲੱਗ ਚਿਹਰਾ ਜਿਹੜਾ ਦਿਖਦਾ ਹੈ ਬਹੁਤ ਸਕੂਨ ਭਰਿਆ ਹੈਗਾ ਇਹ ਸ਼ੋਅ ਕਰਦਾ ਹੈ ਕਿ ਕਿੰਨਾ ਸੋਸਾਇਟੀ ਲਈ ਬੱਚਿਆਂ ਲਈ ਪੜ੍ਹਾਈ ਲਈ ਉਹਨਾਂ 'ਚ ਜਨੂੰਨ ਹੈ ਤੇ ਇਸ ਖਾਸ ਪੇਸ਼ਕਸ਼ ਜੁੜਨ ਲਈ ਬਹੁਤ-ਬਹੁਤ ਧੰਨਵਾਦ ਹੋਰ ਤਸਰੀਨ ਖਬਰਵਾਲੀ ਜੁੜੇ ਰੋ ਵਰਲਡ ਪੰਜਾਬੀ ਟੀਵੀ ਦੇ ਨਾਲ ਹਜੇ ਮੈਨੂੰ ਯਾਨੀ ਕਿ ਅੰਕੁਸ਼ ਕੁਲਿੰਦੋ ਜੀ ਇਜਾਜ਼ਤ ਧੰਨਵਾਦ